ਤਸਵੀਰਾਂ ਬਰਨਾਲਾ ਦੇ ਪਿੰਡ ਕਾਣਕੇ ਦੀਆਂ ਹਨ, ਜਿੱਥੇ ਕਿ 48 ਸਾਲਾਂ ਨਿਹੰਗ ਸਿੰਘ ਦਾ ਤੇਜ਼ ਤਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਹ ਪਿਛਲੇ 25 ਸਾਲਾਂ ਤੋਂ ਇਸੇ ਪਿੰਡ ਵਿੱਚ ਰਹਿ ਰਿਹਾ ਸੀ ਅਤੇ ਉਹ ਇਕੱਲਾ ਰਹਿੰਦਾ ਸੀ। ਨਿਹੰਗ ਸਿੰਘ ਗੁਰਦਿਆਲ ਸਿੰਘ ਦੇ ਕਤਲ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ। ਕਤਲ ਦਾ ਮਾਮਲਾ ਆਇਆ ਜੀ, ਗੁਰਦਿਆਲ ਸਿੰਘ ਦਾ ਕਤਲ ਕੀਤਾ ਗਿਆ ਜੀ। ਬੰਦੇ ਆਏ ਨੇ ਆ ਕੇ ਕੰਧ ਟੱਪ ਕੇ ਕਤਲ ਕਰਕੇ ਵਗ ਗਏ ਜੀ। ਇਹ ਪਿੰਡ ਦੇ ਵਿੱਚ ਪਹਿਲਾਂ ਤੋਂ ਜਨਮ ਤੋਂ ਹੀ ਇੱਥੇ ਰਹਿ ਰਹੇ ਨੇ। ਪਹਿਲਾਂ ਪਰਿਵਾਰ ਰਹਿੰਦਾ ਸੀਗਾ ਜੀ ਸਾਰਾ, ਉਦੋਂ ਬਾਅਦ ਪਰਿਵਾਰ ਨੇ ਖੇਤ ਜਾ ਕੇ ਘਰ ਪਾ ਲੈਣੇ ਨੇ। ਇੱਥੇ ਛਾਉਣੀ ਬਣਾ ਲਈ ਸੀ ਆਪਣੀ, ਨਿਹੰਗ ਸਿੰਘ ਸੀਗੇ, ਬਾਣੀ ਪੜ੍ਹਦੇ ਸੀ। ਨਹੀਂ ਜੀ ਹਾਲੇ ਕੋਈ ਪਤਾ ਨਹੀਂ। ਤੇਜ਼ ਤਾਰ ਹਥਿਆਰਾਂ ਦੇ ਨਾਲ ਦੋ ਤਿੰਨ ਵਾਰ ਕੀਤੇ ਨੇ ਗੇ, ਗਲ ਵੱਢਿਆ ਇੱਥੋਂ ਅਤੇ ਨਾਲ ਜਵਾੜਾ ਵੱਢਿਆ ਹੋਇਆ ਸਾਰਾ ਇੱਥੋਂ। ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਜੀ। ਮੰਗ ਤਾਂ ਇਹੀ ਕਰਦੇ ਹਾਂ ਜੀ, ਬੰਦਿਆਂ ਨੂੰ ਫੜਿਆ ਜਾਵੇ, ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ, ਬਣਦੀ ਸਜ਼ਾ ਜਿਹੜੀ ਦਿੱਤੀ ਜਾਵੇ, ਕਾਰਵਾਈ ਹੋਵੇ ਸਾਰੀ, ਅੱਗੇ ਤੋਂ ਇਹੋ ਜਿਹੀ ਗੱਲ ਨਾ ਹੋਵੇ ਕੋਈ। ਇਹ ਕਿਹੜਾ ਕਿਸੇ ਨੂੰ ਕੁਛ ਕਹਿੰਦਾ ਸੀਗਾ, ਆਪਣੇ ਘਰ ਦੇ ਵਿੱਚ ਰਹਿ ਰਿਹਾ ਸੀ, ਪਹਿਲਾਂ ਦਲ ਦੇ ਵਿੱਚ ਸੇਵਾ ਕੀਤੀ 18-20 ਸਾਲ। ਹਾਂਜੀ, ਪਿੰਡ ਦੇ ਵਿੱਚ ਬੱਚਿਆਂ ਨੂੰ ਸੰਥਿਆ ਦਿੰਦੇ ਸੀ ਬਾਣੀ ਦੀ ਜੀ, ਕੁਰਬਾਣੀ ਪੜ੍ਹਾ ਰਹੇ ਸੀ ਬੱਚਿਆਂ ਨੂੰ। ਬਹੁਤ ਬੱਚੇ ਪੜ੍ਹਾਏ ਨੇ ਇਹਨਾਂ ਨੇ ਇੱਥੇ, ਅਸੀਂ ਵੀ ਇਹਨਾਂ ਤੋਂ ਪੜ੍ਹੇ ਹੋਏ ਹਾਂ, ਖੁਦ ਆਪ ਇਹਨਾਂ ਤੋਂ ਪੜ੍ਹਿਆ ਜੀ, ਨਾਲ ਇਕੱਠੇ ਰਹਿੰਦੇ ਰਹੇ ਹਾਂ। ਮੰਗਦਾ ਜੀ ਬੰਦਿਆਂ ਨੂੰ ਫੜਿਆ ਜਾਵੇ, ਉਹਨਾਂ ਨੂੰ ਫੜ ਕੇ ਉਹਨੂੰ ਸਜ਼ਾ ਦਿੱਤੀ ਜਾਵੇ। ਹਾਂਜੀ, ਰਾਤ ਨਿਹੰਗ ਸਿੰਘ ਨੇ ਗੁਰਦਿਆਲ ਸਿੰਘ ਉਰਫ ਜਸਵਿੰਦਰ ਸਿੰਘ ਉਹਨਾਂ ਦਾ ਬੇਰਹਿਮੀ ਨਾਲ ਤੇਜ਼ ਤਾਰ ਹਥਿਆਰਾਂ ਨਾਲ ਕਤਲ ਹੋਇਆ ਗਾ ਰਾਤ। ਅਤੇ ਅਣਪਛਾਤੇ ਬੰਦੇ ਸੀਗੇ, ਕੋਈ ਬਾਹਰੋਂ ਹੀ ਆਏ ਸੀਗੇ। ਪੁਲਿਸ ਆਈ ਹੈਗੀ, ਆਪਦੀ ਕਾਰਵਾਈ ਕਰ ਰਹੀ ਹੈਗੀ, ਅਤੇ ਹੁਣ ਅਸੀਂ ਪੋਸਟਮਾਰਟਮ ਲਈ ਜਾ ਰਹੇ ਹਾਂ ਬਰਨਾਲੇ। ਕਤਲ ਕਿਵੇਂ ਕੀਤਾ ਗਿਆ ਹੈਗਾ, ਕੋਈ ਪਤਾ ਲੱਗਿਆ ਹੋਵੇ? ਕਤਲ ਤੇਜ਼ ਤਾਰ ਹਥਿਆਰਾਂ ਨਾਲ ਹੀ ਕਰਿਆ ਹੋਇਆ ਗਾ, ਚਿਹਰੇ ਅਤੇ ਗਰਦਨ 'ਤੇ ਵਾਰ ਨੇ। ਅੱਜ ਸੁਬਹਾ ਕਰੀਬ 7:30 ਵਜੇ ਮੈਨੂੰ ਇੱਕ ਫੋਨ ਕਾਲ ਆਈ ਸੀ ਪਿੰਡ ਦੇ ਵਿੱਚੋਂ, ਵੀ ਗੁਰਦਿਆਲ ਸਿੰਘ ਆ ਜਿਹੜਾ ਇੱਥੇ ਛਾਉਣੀ 'ਚ ਰਹਿੰਦਾ ਆਪਦੇ ਘਰ 'ਚ ਪੁਰਾਣੇ 'ਚ, ਵੀ ਉਹਦਾ ਕੋਈ ਕਤਲ ਕਰ ਗਿਆ। ਉਸੇ ਟਾਈਮ ਅਸੀਂ ਤੁਰੰਤ ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆ ਕੇ, ਮੈਂ ਮੌਕੇ 'ਤੇ ਆਇਆ ਖੁਦ ਟੀਮ ਪਾਰਟੀ ਲੈ ਕੇ। ਅਸੀਂ ਜਦ ਲਿਆ ਕੇ ਦੇਖਿਆ, ਮੰਜਾ 'ਤੇ ਪਿਆ ਸੀਗਾ ਅਤੇ ਕੁਦਰ ਲੱਗਿਆ ਹੋਇਆ ਸੀਗਾ ਇੱਥੇ, ਅਤੇ ਕਿਸੇ ਨੇ ਕੁਛ ਤੇਜ਼ ਤਾਰ ਹਥਿਆਰਾਂ ਨਾਲ ਇਹਦੇ ਧੌਣ 'ਤੇ ਵਾਰ ਕੀਤੇ ਹੋਏ ਸੀਗੇ। ਖੂਨ ਨਾਲ ਲੱਥਪੱਥ ਹੋਇਆ ਪਿਆ ਸੀਗਾ ਸਾਰਾ। ਉਸ ਤੋਂ ਬਾਅਦ ਅਸੀਂ ਸਾਰਾ ਮੌਕਾ ਪ੍ਰਜਰਵ ਕਰ ਰਹੇ ਹਾਂਗੇ ਅਤੇ CCTV ਕੈਮਰੇ ਵਗੈਰਾ ਵੀ ਚੈੱਕ ਕਰ ਰਹੇ ਹਾਂ ਅਸੀਂ, ਕਿੱਧਰੋਂ ਆਏ ਬੰਦੇ, ਕੌਣ ਸੀਗੇ। ਫੋਰੈਂਸਿਕ ਟੀਮ ਸਾਡੀ ਸਪੈਸ਼ਲ ਆਈ ਹੋਈ ਆ, ਡੋਗ ਸਕੋਡ ਵੀ ਆ ਕੇ ਗਿਆ ਹੈਗਾ, ਉਹ ਵੀ ਆਪਦਾ ਪਾਰਟੀਆਂ ਚੈੱਕ ਕਰ ਰਹੀਆਂ ਨੇਗੀਆਂ। ਅਸੀਂ ਵੀ CCTV ਕੈਮਰੇ ਖੰਘਾਲ ਰਹੇ ਹਾਂਗੇ ਵੀ ਬੰਦੇ ਕਿੱਧਰੋਂ ਆਏ ਅਤੇ ਕੌਣ ਨੇਗੇ, ਜਲਦੀ ਹੀ ਉਹਨਾਂ ਨੂੰ ਟਰੇਸ ਕਰਕੇ ਅਸੀਂ। ਬਰਨਾਲਾ ਤੋਂ ਲਖਵਿੰਦਰ ਸ਼ਰਮਾ ਦੀ ਰਿਪੋਰਟ, ਪੰਜਾਬ ਟੂਡੇ।